ਕੀ ਹਾਲ ਚਾਲ ਨੇ? ਤੁਸੀਂ ਵੇਖ ਰਹੇ ਹੋ ਮਦਰ ਹੁਸੈਨ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮਦਰ ਹੁਸੈਨ ਜੋਈਆ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਰੋਜ਼ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਂਦਾ, ਅਤੇ ਮੇਰੀ ਕੋਸ਼ਿਸ਼ ਇਹ ਹੁੰਦੀ ਦੋਸਤਾਂ ਨੂੰ ਨਵੀਂ ਤੋਂ ਨਵੀਂ ਚੀਜ਼ ਲਿਆ ਕੇ ਦੇਵਾਂ, ਭਾਵੇਂ ਮੈਨੂੰ ਜਿੰਨਾ ਮਰਜ਼ੀ ਸਫ਼ਰ ਕਰਨਾ ਪਵੇ। ਅਤੇ ਅੱਜ ਵੀ ਮੈਂ ਤਕਰੀਬਨ 50 ਕਿਲੋਮੀਟਰ ਸਫ਼ਰ ਕੀਤਾ ਅਤੇ ਇੱਕ ਵੀਡੀਓ ਲੈ ਕੇ ਆਇਆ ਤੁਹਾਡੇ ਵਾਸਤੇ ਝੋਟੇ ਦੀ। ਹੁਣ ਮੇਰਾ ਕੈਮਰਾਮੈਨ ਤੁਹਾਨੂੰ ਵਿਖਾਉਂਦਾ ਝੋਟਾ, ਜਿਹਨੂੰ ਆਪਾਂ ਸੰਡਾ ਕਹਿੰਦੇ ਹਾਂ। ਇਹ ਫਾਰਮ ਵਾਸਤੇ ਕਿਸੇ ਮੇਰੇ ਦੋਸਤ ਨੂੰ ਇਹ ਸਾਨੀ ਵਾਸਤੇ ਝੋਟਾ ਚਾਹੀਦਾ ਹੋਵੇ ਅਤੇ ਆਪਾਂ ਇਹ ਝੋਟਾ ਰੋਕ ਲਾਂਗੇ। ਮੇਰੇ ਨਾਲ ਉਹ ਬੰਦਾ ਕਰ ਲਵੇ ਰਾਬਤਾ ਅਤੇ ਆਪਾਂ ਇਹ ਝੋਟਾ ਰੋਕ ਲਾਂਗੇ ਅਤੇ ਮਾਲਕਾਂ ਨਾਲ ਕਰ ਲਾਂਗੇ ਗੱਲ। ਤੁਸੀਂ ਮੇਰੇ ਨਾਲ ਕਰਨਾ ਰਾਬਤਾ ਅਤੇ ਆਪਾਂ ਬੜੀ ਮੁਨਾਸਿਬ ਕੀਮਤ ਦੇ ਉੱਤੇ ਇਹ ਜਾਨਵਰ ਖਰੀਦ ਲਾਂਗੇ। ਇਹ ਮੂੰਹ 'ਚੋਂ ਕਿਵੇਂ, ਕਿੰਨੀ ਇਹਦੀ ਉਮਰ ਹੈ, ਕੀ ਹਿਸਾਬ ਕਿਤਾਬ ਹੈ, ਇਹ ਗੱਲਾਂ ਸਾਰੀਆਂ ਪੁੱਛਾਂਗੇ ਮਾਲਕ ਕੋਲੋਂ ਕਿ ਇਹਦੀ ਕਿੰਨੀ ਉਮਰ ਹੈ ਜੀ, ਕਿਹੜੀ ਨਸਲ ਹੈ ਅਤੇ ਮੂੰਹ 'ਚੋਂ ਕਿਵੇਂ, ਇਹ ਸਾਰੀ ਗੱਲਬਾਤ ਪੁੱਛ ਲਾਂਗੇ ਆਪਾਂ ਮਾਲਕ ਕੋਲੋਂ। ਨਜ਼ਦੀਕ ਹੋ ਕੇ ਥੋੜ੍ਹਾ ਜਿਹਾ ਲਾਓ, ਇਹ ਡਰਦਾ ਡਰ ਰਿਹਾ ਮੇਰੇ ਖਿਆਲ ਹੈ। ਪਤਾ ਨਹੀਂ ਕੋਈ ਡਾਕਟਰ ਡੂਕਟਰ ਆ ਗਏ ਟੀਕੇ ਲਾਉਣ ਵਾਸਤੇ, ਲੇਕਿਨ ਐਸੀ ਗੱਲ ਤਾਂ ਕੋਈ ਨਹੀਂ, ਪਰ ਜਾਨਵਰ ਨੂੰ ਕੌਣ ਸਮਝਾਵੇ। ਇਹ ਜੀ ਝੋਟਾ ਹੈ, ਮੇਰਾ ਕੈਮਰਾਮੈਨ ਅਤੇ ਮੈਂ ਤੁਹਾਨੂੰ ਦਿਖਾ ਰਿਹਾ ਸਭ ਕੁਛ। ਕੈਮਰਾਮੈਨ ਸਭ ਥੋੜ੍ਹਾ ਜਿਹਾ ਦੂਰ ਹੀ ਹੋ ਨਾ ਹੋਵੇ ਆਪਣੇ ਕੈਮਰੇ ਕੁਮਰੇ ਜਿਹੜੇ ਨੇ ਚੁੱਕ ਦੇਵੇ, ਅਤੇ ਝੋਟਾ ਡਰ ਰਿਹਾ। ਇਹ ਮੇਰਾ ਕੈਮਰਾਮੈਨ ਤੁਹਾਨੂੰ ਸਭ ਕੁਝ ਦਿਖਾ ਰਿਹਾ ਜੀ। ਇਹ ਜੀ ਝੋਟਾ ਹੈ, ਬਾਕੀ ਗੱਲਾਂ ਬਾਤਾਂ ਪੁੱਛ ਲੈਂਦੇ ਮਾਲਕ ਕੋਲੋਂ ਕਿ ਕਿਹੜੀ ਨਸਲ ਹੈ, ਦੋਂਦਾ ਹੈ, ਕੀ ਹਿਸਾਬ ਕਿਤਾਬ ਹੈ, ਕਿੰਨੀ ਇਹਦੀ ਉਮਰ ਹੈ, ਕਿੰਨੀ ਇਹਦੀ ਉਮਰ ਹੈ ਜੀ, 3 ਸਾਲ ਉਮਰ ਦੱਸ। ਇਹ ਜੀ ਮੇਰਾ ਕੈਮਰਾਮੈਨ ਤੁਹਾਨੂੰ ਸਭ ਕੁਝ ਦਿਖਾ ਰਿਹਾ, ਤੁਸੀਂ ਵੇਖ ਰਹੇ ਹੋ। ਠੀਕ ਹੋ ਗਿਆ ਜੀ ਕੈਮਰਾਮੈਨ ਸਾਹਿਬ, ਆਓ ਜੀ ਭਾਅ ਜੀ ਕਿਹਨੇ ਗੱਲ ਕਰਨੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ। ਕੀ ਨਾਮ ਭਾਈ ਜੀ? ਨਜ਼ੀਰ ਅਹਿਮਦ। ਭਾਈ ਨਜ਼ੀਰ ਅਹਿਮਦ, ਇਹ ਤੁਹਾਡਾ ਇੱਕ ਝੋਟਾ ਵੇਖਿਆ, ਇਹਦਾ ਕੀ ਹਿਸਾਬ ਕਿਤਾਬ, ਇਹਦੀ ਕਿੰਨੀ ਉਮਰ ਹੈ? 3 ਸਾਲਾਂ ਦਾ। ਹਾਂਜੀ 3 ਸਾਲਾਂ ਦਾ। ਅੱਛਾ 3 ਸਾਲਾਂ ਦਾ, ਅਤੇ ਇਹ ਮੂੰਹ 'ਚੋਂ ਕਿਵੇਂ ਭਾਈ? ਮੂੰਹ 'ਚੋਂ ਦੋਂਦਾ। ਅੱਛਾ ਮੂੰਹ 'ਚੋਂ ਦੋਂਦਾ ਹੈ, ਠੀਕ ਹੋ ਗਿਆ। ਸਰ ਜੀ ਇਹਦੇ ਜਿਹੜੇ ਫਾਈਨਲ ਜਿਹੇ ਪੈਸੇ ਨੇ ਉਹ ਆਪਾਂ ਕਿੰਨੇ ਲੈਣੇ ਨੇ? 1,20,000 ਰੁਪਏ। ਅੱਛਾ 1,20,000। ਅਤੇ ਅਗਰ ਕਿਸੇ ਮੇਰੇ ਬੇਲੀ ਨੂੰ ਪਸੰਦ ਆ ਜਾਵੇ ਤਾਂ ਇਹਦੇ ਵਿੱਚ ਕੋਈ ਪਿਆਰ ਮੁਹੱਬਤ ਹੋ ਜਾਏਗੀ? ਹੋ ਜਾਏਗੀ ਜੀ। ਅੱਛਾ ਪਿਆਰ ਮੁਹੱਬਤ ਥੋੜ੍ਹੀ ਬਹੁਤੀ ਹੋ ਜਾਏਗੀ ਦੋਸਤੋ। ਮੈਂ ਉਮੀਦ ਕਰਨਾ ਕਿ ਅੱਜ ਵਾਲੀ ਵੀਡੀਓ ਇਨਸ਼ਾਅੱਲਾ ਤੁਹਾਨੂੰ ਬੜੀ ਪਸੰਦ ਆਵੇਗੀ, ਅਤੇ ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕਾਊਂਟ ਦੇ ਬਟਨ 'ਤੇ ਮਾਰੋ ਹੱਥ, ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਵੇਖ ਸਕੋ ਅਤੇ ਤੁਹਾਨੂੰ ਪਹੁੰਚ ਸਕੇ ਉਹਦਾ ਨੋਟੀਫਿਕੇਸ਼ਨ। ਅਤੇ ਮੈਂ ਉਮੀਦ ਕਰਨਾ ਕਿ ਇਨਸ਼ਾਅੱਲਾ ਨੰਬਰ ਮੇਰਾ 0304-79-7076 ਮੇਰਾ ਵਟਸਐਪ ਨੰਬਰ ਹੈ, ਇਹੋ ਮੇਰਾ ਰਾਬਤਾ ਨੰਬਰ ਹੈ। ਅਗਰ ਕਿਸੇ ਮੇਰੇ ਭਾਈ ਨੂੰ ਇਹ ਜਾਨਵਰ ਪਸੰਦ ਆ ਜਾਵੇ ਤਾਂ ਮੇਰੇ ਨਾਲ ਕਰ ਲਵੇ ਰਾਬਤਾ, ਮੈਂ ਇਹ ਜਾਨਵਰ ਰੋਕ ਲਾਂਗਾ ਅਤੇ ਇਨਸ਼ਾਅੱਲਾ ਤਾਲਾ ਆਪਾਂ ਬੜੀ ਮੁਨਾਸਿਬ ਕੀਮਤ ਉੱਤੇ ਜਾਨਵਰ ਖਰੀਦ ਲਾਂਗੇ। ਮਿਲਾਂਗੇ ਇਨਸ਼ਾਅੱਲਾ ਅਗਲੀ ਵੀਡੀਓ ਵਿੱਚ। ਪਾਕਿਸਤਾਨ ਜ਼ਿੰਦਾਬਾਦ।